ਅੱਜ ਹੀ ਡਾਊਟ ਨਟ ਐਪ ਡਾਊਨਲੋਡ ਕਰੋ ਡਾਊਟ ਨਟ ਤੇ ਹੋਣਗੇ ਤੁਹਾਡੇ ਸਾਰੇ 6ਵੀਂ ਤੋਂ 12ਵੀਂ ਕਲਾਸ ਦੇ ਮੈਥ ਫਿਜ਼ਿਕਸ ਕੈਮਿਸਟਰੀ ਅਤੇ ਬਾਇਓਲੋਜੀ ਦੇ ਡਾਊਟਸ ਦਾ ਸਫਾਇਆ ਉਹ ਵੀ ਪੰਜਾਬੀ ਵਿੱਚ ਬਸ ਆਪਣੇ ਪ੍ਰਸ਼ਨ ਦੀ ਫੋਟੋ ਖਿੱਚੋ ਉਸ ਨੂੰ ਕ੍ਰੋਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ ਅਤੇ ਅਜੇ ਹੀ ਹੋਰ ਵੀਡੀਓ ਦੇਖਣ ਲਈ ਡਾਊਟ ਨਟ ਪੰਜਾਬੀ YouTube ਚੈਨਲ ਨੂੰ ਸਬਸਕ੍ਰਾਈਬ ਕਰੋ हेलो स्टूडेंट्स ए क्वेश्चन सानो केहा गया है ए कैलोरी इज यूनिट ऑफ हीट ऑफ एनर्जी कि जेडा कैलोरी है वो की, है, की है, हुंदा है हीट और एनर्जी दा की हुंदा यूनिट हुंदा है एंड ए यूनिट सानो ਦਿੱਤਾ ਗਿਆ ਹੈ कि इज इक्वल टू 4.2 जूल ते वो 1 कैलोरी है जेडा 4.2 जूल ਦੇ इक्वल हुंदा है जेडा 1 जूल है ओदे यूनिट ए लिखे गए ने सानो की करना है कि assi मान लंदे है कि जेडा मास है वो अल्फा केजी है ते जेडा ਲੈਂਥ ਹੈ ਉਹ ਬੀਟਾ ਮੀਟਰ ਹੈ ਤੇ ਜਿਹੜਾ ਟਾਈਮ ਹੈ ਉਹ ਗਾਮਾ ਸੈਕਿੰਡ ਹੈ ਤੇ ਸਾਨੂੰ ਸ਼ੋ ਕਰਨਾ ਹੈ ਕਿ ਜਿਹੜਾ ਕੈਲਰੀ ਦਾ ਨਵਾਂ ਯੂਨਿਟ ਨਿਕਲ ਕੇ ਆਵੇਗਾ ਉਹ ਕਿੰਨਾ ਹੋਵੇਗਾ 4.2 α ਪਰ α β 2 ਤੇ γ² ਦੇ ਨਿਊ ਟਰਮਸ ਵਿੱਚ ਸਾਨੂੰ ਫਾਈਂਡ ਆਊਟ ਕਰਨਾ ਹੈ ਚਲੋ ਆਪਾਂ ਇਹਨੂੰ ਸੋਲਵ ਕਰ ਲੈਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਿਖਦੇ ਹਾਂ ਜਿਹੜੇ ਐਨਰਜੀ ਹੁੰਦੀ ਹੈ ਇਹ ਐਨਰਜੀ ਦਾ ਡਾਈਮੈਂਸ਼ਨ ਫਾਰਮੂਲਾ ਇੱਥੇ ਲਿਖਦੇ ਡਾਈਮੈਂਸ਼ਨ ਆਫ એનર્ਜੀ ਡਾਈਮੈਨਸ਼ਨ ਫਾਰਮੂਲਾ ਕੀ ਹੁੰਦਾ ਹੈ m1 l2 t -2 ਇਹ ਹੁੰਦਾ ਸਾਡੇ ਕੋਲ ਤੇ ਜਿਹੜਾ ਸਾਨੂੰ ਦੋ ਸਿਸਟਮ ਦਿੱਤੇ ਗਏ ਨੇ ਜਿਹੜਾ 올ਡ ਸਿਸਟਮ ਹੈ ਉਹਦੇ ਵਿੱਚ ਯੂਨਿਟ ਜਿਹੜੇ ਦਿੱਤੇ ਗਏ ਨੇ 올ਡ ਸਿਸਟਮ ਤੇ ਜਿਹੜਾ ਨਿਊ ਸਿਸਟਮ ਹੈ ਇੱਥੇ ਲਿਖ ਲੈਂਦੇ ਆ ਨਿਊ ਸਿਸਟਮ ਇਨੋਂ ਆਪਾਂ 올ਡ ਸਿਸਟਮ ਵੀ ਕਹਿ ਸਕਦੇ ਆ ਜਾਂ SI ਸਿਸਟਮ ਵੀ ਕਹਿ ਸਕਦੇ ਆ ਇੱਥੇ ਜਿਹੜੇ m1 ਦੀ ਵੈਲਿਊ ਹੈ ਉਹ ਕਿੰਨੀ ਦਿੱਤੀ ਗਈ ਹੈ 1 ਕਿਲੋਗ੍ਰਾਮ ਦਿੱਤੀ ਗਈ ਹੈ ਜਿਹੜੇ l1 ਦੀ ਵੈਲਿਊ ਹੈ ਉਹ ਕਿੰਨੀ ਦਿੱਤੀ ਗਈ 1 ਮੀਟਰ ਦਿੱਤੀ ਗਈ ਹੈ ਜਿਹੜਾ ਟਾਈਮ ਦੀ ਵੈਲਿਊ ਹੈ t1 ਉਹ ਵੈਲਿਊ ਦਿੱਤੀ ਗਈ ਹੈ 1 ਸੈਕਿੰਡ ਤੇ ਇੱਕ ਹੋਰ ਹੈ ਜਿਹੜਾ n1 ਦਿੱਤਾ ਗਿਆ ਉਹ ਕਿੰਨਾ ਹੈ 4.2 ਹੈ ਤੇ ਆਪਾਂ ਜਿਹੜੇ ਨਵੇਂ ਸਿਸਟਮ ਦੀ ਗੱਲ ਕਰੀਏ ਉਹਦੇ ਵਿੱਚ ਸਾਨੂੰ एम टू जो दिता गया है वो वह किल्फा के जी है एल टू के बीटामीटर है तो टी टू है वो की है गामा सैकंड है तो सो एन टू की वैल्यू की है फाइंड आउट करनी है अस जानते हैं कि जो आप यूनिट कन्वर्जन करते हैं सा फिजिकल क्वानिटी जो आप एक सिस्टम तो दूजे सिस्टम यूज कर चेंज कर दीजिए वो जड़े वैल्यू है वह तो कोई फर्क नहीं पैदा तो आप जो फॉर्मूला यूज़ करते हैं वो यूज़ करते हैं एन वन एन तू, यू वन बराबर एन टू यू टू इतना एन वन दिता गया है यू वन दिता गया है यू टू भी दिता गया है सू एन टू की वैल्यू फाइंड आउट करें तो एन टू की वैल्यू की आ जाती है इतों यू टू बराबर एन वन यू वन बटा यू टू वैल्यू सब शूट कर देंगे साढ़े दे आ जाएगा एन वन m1/m2 ਪਾਵਰ ਇਹਦੀ a ਲਿਖ ਲੈਂਦੇ ਆ ਆਪਾਂ ਇਹਨੂੰ ਇੱਥੇ ਲਿਖ ਲੈਂਦੇ ਆ l1/l2 ਇਹਦੀ ਪਾਵਰ b ਲਿਖ ਲੈਂਦੇ ਆ ਤੇ ਇੱਥੇ ਕੀ ਆਵੇਗਾ t1/t2 ਪਾਵਰ c ਜਿਹੜੀ ਇਹ a b c ਦੀ ਵੈਲਿਊਜ਼ ਨੇ ਇਹ ਸਾਨੂੰ ਕਿੱਥੋਂ ਪਤਾ ਚੱਲਣਗੀਆਂ ਇਹ ਜਿਹੜਾ ਆਪਾਂ ਨੇ ਇੱਥੇ એનર્ਜੀ ਦਾ ਡਾਈਮੈਂਸ਼ਨ ਫਾਰਮਲ ਲਿਖਿਆ ਸੀਗਾ ਇੱਥੇ a ਇਥੋਂ ਸਾਨੂੰ a ਵੈਲਿਊ a ਦੀ ਹੈ b ਦੀ ਅਤੇ c ਦੀ ਹੈ ਆਪਾਂ ਇਥੋਂ ਇਹ ਵੈਲਿਊਜ਼ ਉੱਥੇ ਪੁੱਟ ਕਰਨ ਗਿਆ ਤੇ n1 ਕਿੰਨਾ ਦਿੱਤਾ ਗਿਆ ਸਾਨੂੰ 4.2 ਕਿੰਨਾ ਦਿੱਤਾ ਗਿਆ 4.2 m1 ਕਿੰਨਾ ਹੈ 1 kg ਹੈ ਤੇ m2 ਕਿੰਨਾ ਹੈ α kg ਇਹਦੀ ਵੈਲਿਊ 1 ਹੈ ਇੱਥੇ a ਕਿੰਨਾ ਹੈ 1 ਮੀਟਰ ते एक ही है, बीटा मीटर इतने वैल्यू टू आएगी इतगा वन सैकंड सॉरी इतना ने गलत लिखता पावर कि आ जाएगी माइनस टू आ जाएगी के लिए तो केजी कैंसिल ਹੋ ਜਾਊਗਾ ਮੀਟਰ ਤੋਂ ਮੀਟਰ ਕੈਨਸਲ ਹੋ ਜਾਊਗਾ ਤੇ ਸੈਕਿੰਡ ਤੋਂ ਸੈਕਿੰਡ ਕੈਨਸਲ ਹੋ ਜਾਊਗਾ ਤੇ ਸਾਡੇ ਕੋਲ ਕੀ ਆਵੇਗਾ 4.2 α α ਇਨਵਰਸ ਆਏਗਾ -1 ਆਵੇਗਾ ਕਿਉਂਕਿ ਜਦੋਂ ਇਹ ਥੱਲੇ ਤੋਂ ਉੱਪਰ ਜਾਵੇਗਾ -1 ਹੋ ਜਾਊਗੀ ਵੈਲਿਊ ਤੇ β -2 ਹੋ ਜਾਏਗਾ ਤੇ ਇਹ ਆਲਰੇਡੀ ਡਿਨੋਮੀਨੇਟਰ ਤੇ ਪਿਆ ਹੈ ਤੇ ਜਦੋਂ ਇਹ ਉੱਪਰ ਜਾਵੇਗਾ ਤਾਂ ਇਹ ਕੀ ਹੋ ਜਾਏਗਾ ਪਲੱਸ ਦਾ ਹੋ ਜਾਏਗਾ ਇਹ ਕੀ ਆ ਗਈ ਸਾਡੇ ਹੁਣ ਉਹਦੀ ਯੂਨਿਟ ਕਨਵਰਸਨ ਸਾਨੂੰ ਕੀ ਕਿਹਾ ਗਿਆ ਸੀਗਾ ਸਾਨੂੰ ਇਹ ਹੀ ਸ਼ੋ ਕਰਨਾ ਸੀਗਾ ਕਿ ਜਿਹੜੀ ਇਹਦੀ ਵੈਲਿਊ ਹੈ ਉਹ ਕਿੰਨੀ ਹੈ 4.2 α^-β -2 γ² ਆਪਾਂ ਨੇ ਇਹ ਹੀ ਕੀ ਕਰਤਾ ਇੱਥੇ ਸ਼ੋ ਕਰਤਾ ਹੈ ਇਹ ਹੀ ਸੀਗਾ ਇਸ ਕੁਐਸਚਨ ਦਾ ਆਨਸਰ ਥੈਂਕਸ